ਪੰਜਾਬ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਆ ਨਸ਼ਾ ਤਸਕਰ ਨੂੰ 1 ਕਿਲੋ 600 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਦਰਅਸਲ ਥਾਣਾ ਪਿੰਡੀ ਸੈਦਾਂ ਨੂੰ ਜਦੋਂ ਇੱਕ ਮੁਖਬਰ ਦੁਆਰਾ ਜਾਣਕਾਰੀ ਦਿੱਤੀ ਜਾਂਦੀ ਆ ਕਿ ਪਿੰਡ ਭੱਗੂਪੁਰ ਦਾ ਇੱਕ ਨਸ਼ਾ ਤਸਕਰ ਹੈ ਮਹਿੰਦਰ ਸਿੰਘ ਜਿਸ ਦੇ ਕਿ ਪਾਕਿਸਤਾਨ ਦੇ ਨਾਲ ਸੰਬੰਧ ਨੇ ਉਹ ਪਾਕਿਸਤਾਨ ਦੇ ਵਿਅਕਤੀਆਂ ਦੇ ਨਾਲ ਗੱਲਬਾਤ ਕਰਕੇ ਡਰੋਨ ਦੇ ذریعے ਪਾਕਿਸਤਾਨ ਤੋਂ ਭਾਰਤ ਇੱਕ ਕਹਿੰਦੀ ਆ ਕਿ ਹੈਰੋਇਨ ਮਂਗਵਾਉਂਦਾ ਉਸ ਤੋਂ ਬਾਅਦ ਜੋ ਥਾਣਾ ਪਿੰਡੀ ਸੈਦਾਂ ਉਹਦੀ ਜੋ ਪੁਲਿਸ ਆ ਪੰਜਾਬ ਪੁਲਿਸ ਦਾ ਪ੍ਰਸ਼ਾਸਨ ਹੋ ਸਖਤ ਹੋ ਜਾਂਦਾ ਸਖਤੀ ਦਿਖਾਉਂਦੇ ਹੋਏ ਜਾਂਚ ਕੀਤੀ ਜਾਂਦੀ ਹੈ ਤਾਂ ਪਿੰਡ ਪੱਗੂਪੁਰ ਦੇ ਮਹਿੰਦਰ ਸਿੰਘ ਜੋ ਕਿ ਬਜ਼ੁਰਗ ਵਿਅਕਤੀ ਹੈ ਉਸ ਨੂੰ 1 ਕਿਲੋ 600 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਉਸ ਦੇ ਉੱਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਲਗਾਤਾਰ ਪੰਜਾਬ ਪੁਲਿਸ ਜਾਂ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਵੱਡੇ ਐਲਾਨ ਕੀਤੇ ਜਾ ਰਹੇ ਨੇ ਕਿ ਜਲਦ ਹੀ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਾਂਗੇ ਤੇ ਉਸ ਐਲਾਨਾ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਜਲਦ ਤੋਂ ਜਲਦ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਤੇ ਉਸੇ ਦੇ ਦਿਸ਼ਾ ਨਿਰਦੇਸ਼ਾਂ ਦੇ ਸਹਤ ਪੂਰੇ ਪੰਜਾਬ ਦੇ ਵਿੱਚ ਜੋ ਪੰਜਾਬ ਪੁਲਿਸ ਦੇ ਥਾਣੇ ਨੇ ਉਹਨਾਂ ਦੇ ਵੱਲੋਂ ਸਖਤੀ ਦਿਖਾਈ ਜਾ ਰਹੀ ਆ ਉਸੇ ਤਰੀਕੇ ਦੇ ਨਾਲ ਜੋ ਸਰਹੱਦੀ ਇਲਾਕਾ ਅਮ੍ਰਿਤਸਰ ਦਾ ਥਾਣਾ ਪਿੰਡੀ ਸੈਦਾਂ ਉਸ ਨੂੰ ਜਦੋਂ ਇੱਕ ਮੁਖਬਰ ਦੁਆਰਾ ਜਾਣਕਾਰੀ ਮਿਲਦੀ ਆ ਕਿ ਇੱਕ ਪਿੰਡ ਪੱਗੂਪੁਰ ਦਾ ਜੋ ਮਹਿੰਦਰ ਸਿੰਘ ਆ ਬਜ਼ੁਰਗ ਵਿਅਕਤੀ ਆ ਉਸ ਦੇ ਪਾਕਿਸਤਾਨ ਦੇ ਨਾਲ ਸਬੰਧ ਨੇ ਡਰੋਨ ਦੇ ਜ਼ਰੀਏ ਪਾਕਿਸਤਾਨ ਤੋਂ ਭਾਰਤ ਉਹ ਹੈਰੋਇਨ ਮਗਵਾਉਂਦਾ ਤਾਂ ਪਿੰਡ ਪੱਗੂਪੁਰ ਦਾ ਜੋ ਮਹਿੰਦਰ ਸਿੰਘ ਹੈ ਉਸ ਨੂੰ ਥਾਣਾ ਪਿੰਡੀ ਸੈਦਾਂ ਦੁਆਰਾ ਜਾਂਚ ਪੜਤਾਲ ਕਰਕੇ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਉਸ ਦੇ ਉੱਪਰ ਹੁਣ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਜੋ ਆਈਪੀਸੀ ਦੀਆਂ ਬਣਦੀਆਂ ਧਾਰਾਵਾਂ ਨੇ ਉਹ ਵੀ ਲਗਾਈਆਂ ਗਈਆਂ ਨੇ ਤੇ ਹੁਣ ਅੱਗੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ